ਹਾਂ, ਕੋਈ ਬੰਦਾ ਕੱਟਣਾ ਸੀ ਗਾਰਡਨ 'ਚ ਲੱਗਿਆ, ਤਾਂ ਉਹ ਸੱਟਣਾ ਸੀ ਲੱਗਿਆ ਬਾਹਰ ਦਾ ਸਭ ਤੋਂ ਕੋਲੋਂ ਨੰਘਤਿਆਂ, ਇਸਨੇ ਫਲਾਵਰ ਮਾਸ਼ਾਅੱਲਾ ਬੜੇ ਸੋਹਣੇ ਫਲਾਵਰ ਨੇ ਲੱਗਣ ਆ ਕੇ, ਥੱਲੇ ਬੀਜ ਹੀ ਬਾਇਆ ਥਿਆ, ਹੁਣ ਥੋੜ੍ਹਾ ਥੋੜ੍ਹਾ ਮੋਲਣਾ ਸ਼ੁਰੂ ਹੋਇਆ। ਇਸਕੀ ਅੰਜੀਰ ਲੱਗ ਸਣ ਜਾਂ ਨਾ ਲੱਗ ਸਣ, ਇਹ ਕੋਈ ਪਤਾ ਨਹੀਂ ਹੈ। ਕਿ ਸਲੱਗ ਖਾਈ ਜਾਣਾ ਇਹਦੇ ਕੋ, ਜ਼ਿਆਦਾਤਰ ਖਾਈ ਕੀਤੀ ਇਹ ਮੇਖੋ ਹੀ ਕਿਤੇ ਇਹਦੇ ਕੋ, ਬਹੁਤ ਜ਼ਿਆਦਾ ਜਿਹੜਾ ਨਾ ਇਹ ਘਣਾ ਹੈ। ਪਾਕਿਸਤਾਨ ਤਾਂ ਨਿੱਕੇ ਨਿੱਕੇ ਸੱਤ ਬਰਗਰ ਨੇ, ਹੁਣ ਸੁਣਦਾ ਇੱਥੇ ਮਾਸ਼ਾਅੱਲਾ ਕਾਫੀ ਬੜੇ ਨੇ। ਆ ਤੇ ਗਿਆ ਜੀ, ਘਰ ਕਰੇਲੇ ਦਾਲ ਬਣੀ ਰਹੇ, ਤਾਂ ਉੱਥੇ ਚਿਕਨ ਕਰੇਲੇ ਸਨ ਮਾਸ਼ਾਅੱਲਾ। ਬਾਹਰ ਥੋੜ੍ਹਾ ਬਹਿਣਾ ਹੋਣਾ ਹੈ ਤੇ ਕੋ, ਰੱਖੀ ਵੀ ਆ ਜੀ ਇਹ ਚੇਅਰ ਜੀ, ਬੱਚੇ ਵੀ ਕਾਫੀ ਜ਼ਿਆਦਾ ਇੰਜੋਏ ਕਰਨਾ ਇਸ ਮੌਸਮ। ਦੇਖੋ ਚਿਕਨ ਕਰੇਲੇ ਕੜਾਈ ਤੋਂ ਪਾਣੀ ਬਣ ਕੇ, ਉਸ ਤੋਂ ਵਾਸੇ ਤੜਕਾ ਪੁੱਜ ਹੀ ਰਿਹਾ। ਦੇਖੋ ਜੀ, ਦੋ ਦੋ ਤਰ੍ਹਾਂ ਤਰ੍ਹਾਂ ਸ਼ੈਫ ਲੱਗੇ ਹੋਏ ਨੇ ਜੀ। ਇਹ ਚਿਕਨ ਤਾਂ ਹੀ ਗਿਆ ਜੀ, ਭੈਣੋ ਤੇ ਭਰਾ ਹੋਏ ਇੱਧਰ, ਹੁਣ ਕਰੇਲੇ ਤਿਆਰ ਹੋ ਰਹੇ ਆ। ਭਾਈ ਬੱਦਰ ਹੋਰ ਆਈ ਗਏ ਜੀ ਮਾਸ਼ਾਅੱਲਾ ਜੀ। ਇਹ ਦੇਖੀ ਜਾਓ ਜੀ, ਕਰੇਲੇ ਪਈ ਗਏ ਜੀ ਮਾਸ਼ਾਅੱਲਾ ਜੀ। ਅੱਛਾ, ਨਰਦਾਣਾ ਵੀ ਪੈਣਾ ਜੀ, ਵਾਹ ਜੀ ਵਾਹ। ਠੀਕ ਗਿਆ, ਤਰ੍ਹਾਂ ਤਰ੍ਹਾਂ ਸ਼ੈਫ ਜਿਹੜਾ ਨਾ ਬਣਾਏ ਰਹੇ ਜੀ, ਇੱਕ ਮਹਿਮਾਨ ਆਏ ਹੋਏ ਉਹ ਬੈਠੇ ਹੋਏ। ਹਾਂਜੀ, ਤਿਆਰ ਹੋ ਹੀ ਗਏ ਮਾਸ਼ਾਅੱਲਾ ਜੀ, ਕਲਰ ਚੇਂਜ ਹੋ ਗਿਆ ਨਾ। ਸਾਲਿਡ ਨਾ ਹੋਇਆ ਤਾਂ ਫਿਰ ਮਜ਼ਾ ਨਹੀਂ ਨਾ, ਸਹੀ ਕਲਰ ਚੇਂਜ ਕੀਤਾ ਨੇ। ਐਤਕੀ ਜਾਓ ਜੀ, ਪਹਿਲੇ ਸਟਾਰਟਰ ਇਹਨਾਂ ਰੱਖੇ ਜੀ ਪਕੌੜੇ। ਹਾਂਜੀ ਭੈਣੋ ਤੇ ਭਰਾਓ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ। ਸੋ ਇਸ ਵਕਤ ਤਾਂ ਜੀ ਪਾਕ ਕੇਟਰਿੰਗ ਹੈ, ਤਾਂ ਪਾਕ ਕੇਟਰਿੰਗ ਵਿੱਚ ਮਾਸ਼ਾਅੱਲਾ ਜੀ ਬਣਾਈ ਰਹੇ ਜੀ। ਤੱਕੀ ਜਾਓ ਜੀ, ਚਿਕਨ ਕਰੇਲੇ ਕੜਾਈ ਜੀ। ਦੇਖੋ ਚਿਕਨ ਕਰੇਲੇ ਕੜਾਈ ਤੋਂ ਪਾਣੀ ਬਣ ਕੇ, ਉਸ ਤੋਂ ਵਾਸਤੇ ਮੀਟ ਕਰੇਲੇ ਜਿਹੜਾ ਨਾ ਕੜਾਈ ਜ਼ਿਆਦਾਤਰ ਹੋਣਾ, ਲੇਕਿਨ ਅਸਾਂ ਅੱਜ ਬਣਾਏ ਰਹੇ ਜੀ ਚਿਕਨ ਕਰੇਲੇ ਕੜਾਈ। ਤਾਂ ਮਹਿਮਾਨ ਵੀ ਸਾਰੇ ਆਏ ਹੋਏ ਸਨ, ਦੱਸਾਂ ਜੀ ਜਿਹੜੇ ਸੰਗੀ ਦੋਸਤ ਆਏ ਹੋਏ। ਤਾਂ ਉਮੀਦ ਹੈ ਜੀ ਕਿ ਤੁਸੀਂ ਦੇਖੀ ਜੀ ਵੀਡੀਓ ਸੇਵ ਕਰਦੇ ਸੀ, ਤਾਂ ਤੁਸੀਂ ਸਾਰੇ ਸੰਗੀਆਂ ਦੋਸਤਾਂ ਨੂੰ ਰਿਕੁਐਸਟ ਹੈ ਜੀ ਕਿ ਲਾਈਕ ਕਰੀ ਉੜੋ, ਤਾਂ ਸ਼ੇਅਰ ਜ਼ਰੂਰ ਕਰੀ ਉੜਿਆ ਜੀ। ਤੜਕਾ ਪੁੱਜ ਹੀ ਰਿਹਾ ਚਿਕਨ, ਕੜਾਈ ਵਾਲਾ ਚਿਕਨ। ਐਤਕੀ ਜਾਓ ਜੀ, ਭਾਈ ਬਸ਼ਾਰਤ ਹੋਰ ਬਣਾਏ ਰਹੇ ਹਨ ਜੀ ਚਿਕਨ ਕੜਾਈ। ਸੌਂਫ ਛੁਪੇ ਗਿਆ, ਮਿਰਚਾਂ ਹਜੇ ਪਏ ਗਿਆ। ਦੇਖੋ ਜੀ, ਦੋ ਦੋ ਤਰ੍ਹਾਂ ਤਰ੍ਹਾਂ ਸ਼ੈਫ ਲੱਗੇ ਹੋਏ ਨੇ ਜੀ ਬਣਾਏ ਰਹੇ ਜਿਹੜੇ ਚਿਕਨ ਕੜਾਈ, ਅਤੇ ਕਰੇਲੇ ਵੀ ਨਾਲ ਪਾਏ ਬਣੇ ਬਹਾਨੇ ਨੇ ਜੀ, ਚਿਕਨ ਕਰੇਲਾ ਕੜਾਈ। ਚਿਕਨ ਤਾਂ ਹੀ ਗਿਆ ਜੀ, ਭੈਣੋ ਤਾਂ ਭਰਾਓ ਆ, ਚਿਕਨ ਪੈ ਗਿਆ। ਅੱਛਾ, ਕਾਲੀਆਂ ਮਿਰਚਾਂ ਜਾਂ ਧਨੀਆ? ਅੱਛਾ, ਧਨੀਆ, ਸੁੱਕਾ ਧਨੀਆ ਪਿਆ। ਭੈਣੋ ਤੇ ਭਰਾ ਹੋਏ ਇੱਧਰ, ਹੁਣ ਕਰੇਲੇ ਤਿਆਰ ਹੋ ਰਹੇ ਆ। ਸਲੀਮ ਪਕੌੜੇ ਵਾਲਾ? ਅੱਛਾ, ਸਲੀਮ ਚਾਏ ਵਾਲਾ ਪਕੌੜੇ ਵਾਲਾ। ਹਾਂ,
ਸਹੀ ਤਾਜ਼ੇ ਤਾਜ਼ੇ ਹਨ ਜੀ ਕਰੇਲੇ। ਪਾਣੀ ਬਾਈ ਉੜਿਆ ਨੇ ਜੀ, ਥੋੜ੍ਹੀ ਜਿਹੀ ਗ੍ਰੇਵੀ ਵੀ ਬਣੀ ਗਈ ਆ। ਪੇਸਣ ਕਰੇਲੇ, ਹਾਂ ਕਰੇਲੇ ਬਣਿਆ, ਟਾਈਮ ਨਹੀਂ ਆਇਆ ਹਾਲੇ। ਜੀ ਵੈਲਕਮ ਹੈ ਜੀ। ਭਾਈ ਬੱਦਰ ਹੋਰ ਆਈ ਗਏ ਜੀ ਮਾਸ਼ਾਅੱਲਾ ਜੀ। ਹੋਰ ਜੀ ਭਾਈ ਬੱਦਰ ਘਰ ਠੀਕ ਹੋ ਨਾ? ਹੋਰ ਜੀ ਠੀਕ ਹੋ? ਦੇਖੋ ਜੀ ਮਹਿਮਾਨ ਆਏ ਗਏ ਜੀ। ਦੇਖੀ ਜੋ ਜੀ ਕਰੇਲੇ ਪਈ ਗਏ ਜੀ ਮਾਸ਼ਾਅੱਲਾ ਜੀ। ਨਰਦਾਣਾ ਵੀ ਪੈਂਦਾ ਜੀ। ਵਾਹ ਜੀ ਵਾਹ। ਇਹ 29 ਸ਼ੈਫ ਆਈ ਗਿਆ ਜੀ, ਦੋ ਪਹਿਲੇ ਲੱਗੇ ਤਾਂ ਸਾਨੂੰ 29 ਵੀ ਆ ਗਿਆ। ਤਰ੍ਹਾਂ ਤਰ੍ਹਾਂ ਸ਼ੈਫ ਜਿਹੜਾ ਨਾ ਬਣਾਏ ਰਹੇ ਜੀ, ਇੱਕ ਚਿਕਨ ਕਰੇਲੇ ਕੜਾਈ ਹੈ ਜੀ, ਸਾਈਡ ਪਰ ਹੋ ਰਹੇ ਜੀ ਪਕੌੜੇ ਤਿਆਰ ਜੀ। ਐ ਦੇਖੋ ਮਾਸ਼ਾਅੱਲਾ ਉਸ ਸਾਈਡ ਪਰ ਲੱਗੇ ਹੋਏ ਜੀ ਜਣੇ, ਸੈਲਡ ਸੈਲਡ ਤਿਆਰ ਕਰਨ ਲੱਗੇ ਹੋਏ। ਨਾਲ ਹੀ ਜਿਹੜਾ ਨਾ ਚਿਕਨ ਕਰੇਲਾ ਕੜਾਈ ਜਿਹੜਾ ਨਾ ਚੜੀ ਵੀ ਆ ਜੀ। ਮਹਿਮਾਨ ਆਏ ਹੋਏ ਬੈਠੇ ਹੋਏ। ਵਾਪਸ ਤੁਸੀਂ ਦੱਸਣਾ ਜੀ ਪਕੌੜੇ ਤੱਕ ਜਾਓ ਜੀ ਮਾਸ਼ਾਅੱਲਾ, ਆਲਮੋਸਟ ਤਿਆਰ ਹੋਣ ਵਾਲੇ ਹਨ। ਤੱਕ ਜਾਓ ਜੀ, ਆਲਮੋਸਟ ਤਿਆਰ ਹੋਣ ਵਾਲੇ ਹਨ ਜੀ ਕਰੇਲੇ ਕੜਾਈ ਨਾਲ ਚਿਕਨ। ਹਾਂਜੀ ਤਿਆਰ ਹੋਈ ਗਏ ਨਾ ਮਾਸ਼ਾਅੱਲਾ ਜੀ, ਕਲਰ ਚੇਂਜ ਹੋਈ ਗਿਆ ਨਾ। ਐਤ ਕੀ ਜਾਓ ਜਿੱਧਰ ਹੋਈ ਰਿਹਾ ਜੀ ਫਰੈਸ਼ ਸੈਲਡ ਤਿਆਰ ਜੀ ਮਾਸ਼ਾਅੱਲਾ, ਤਾਜ਼ਾ ਤਾਜ਼ਾ ਟਮਾਟਰ। ਐਤ ਕੀ ਜਾਓ ਕਿਊਕੰਬਰ, ਪਿਆਜ਼ ਵੀ ਕੱਟਣਾ ਲੱਗੇ ਹੋਏ ਤਾਂ ਨਾਲ ਹੀ। ਐਤ ਕੀ ਜਾਓ ਸੈਲਡ ਨਾ ਹੋਇਆ ਤਾਂ ਫਿਰ ਮਜ਼ਾ ਨਹੀਂ ਨਾ। ਕਿਆ ਖਿਆਲ ਹੈ ਸਲੀਮ? ਐਤਕੀ ਜਾਓ ਜੀ, ਪਹਿਲੇ ਸਟਾਰਟਰ ਇਹਨਾਂ ਰੱਖੇ ਜੀ ਪਕੌੜੇ, ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਜੀ ਰੱਖ ਸਨ ਜੀ ਆਂਡੇ ਵਿੱਚ। ਐਤਕੀ ਜਾਓ ਜੀ, ਬਾਈ ਉੜੀ ਨੇ ਹੁਣ ਟੇਬਲਾਂ ਪਰ ਕੱਢ ਸਾਂ ਜੀ। ਹਾਂਜੀ ਦੋਸਤੋ, ਤੁਸੀਂ ਦੱਸਿਆ ਸੀ ਜੀ ਕਿ ਪਾਕ ਕੇਟਰਿੰਗ ਵਿੱਚ ਅਸਾਂ ਜਿਹੜਾ ਬਣਾਇਆ ਜੀ ਚਿਕਨ ਕਰੇਲੇ, ਘਰ ਆਇਆ ਤਾਂ ਘਰ ਵੀ ਕਰੇਲੇ ਹੀ ਕਰੇਲੇ ਹਨ ਜੀ। ਵੈਸੇ ਬੰਦੇ ਬਹੁਤ ਜ਼ਿਆਦਾ ਜਿਹੜਾ ਨਾ ਕਰੇਲੇ ਇਤਨੇ ਲੋਕ ਪਸੰਦ ਨਹੀਂ ਕਰਨੇ, ਤਾਂ ਥੋੜ੍ਹੇ ਬੰਦੇ ਖਾਣੇ ਹਨ ਕਰੇਲੇ, ਤਾਂ ਬਹਰਹਾਲ ਜੀ ਚਲੋ ਕੁਛ ਵਾਲੇ ਖਾਣੇ ਆ।
ਤੇ ਘਰ ਆਇਆ ਤੇ ਘਰ ਵੀ ਕਰੇਲੇ ਨਾ ਤੁਸੀਂ ਦੱਸਣਾ ਜੀ ਕਰੇਲੇ ਕਿਆ ਬਣੀ ਰਹੇ ਹੈ ਤੇ ਕਿਹਾ ਜੀ ਘਰ ਕਰੇਲੇ ਦਾਲ ਬਣੀ ਰਹੇ ਤਾਂ ਉੱਥੇ ਚਿਕਨ ਕਰੇਲੇ ਸਨ ਮਾਸ਼ਾਅੱਲਾ ਜੀ ਪਾ ਕੇ ਚੀਜ਼ ਬੜੇ ਟੇਸਟੀ ਸਨ ਉਹਨਾਂ ਪਤਾ ਨਹੀਂ ਲੂਣ ਲਾਇਆ ਸੀ ਜਾਂ ਕਹਿ ਤੇ ਕੋਲੇ ਇਤਨੇ ਜ਼ਿਆਦਾ ਕੌਣ ਸਨ ਤੇ ਘਰ ਹੈ ਨਿੱਕੇ ਨਿੱਕੇ ਕੱਟੇ ਹੋਏ ਉੱਥੇ ਮੋਟੇ ਮੋਟੇ ਕੱਟੇ ਹੋਏ ਸੀ ਹਾਂਜੀ ਦੋਸਤੋ ਅੱਜ ਦੁਆ ਦੇੜਾ ਜੀ ਕੱਲ੍ਹ ਮੈਂ ਕਾਫੀ ਲੇਟ ਹੋ ਗਿਆ ਸਾਂ ਪਾ ਕੇਟਰਿੰਗ ਜੀ ਤਾਂ ਫਿਰ ਵੀਡੀਓ ਨਾ ਬਣਾ ਸਕਿਆ ਤਾਂ ਗਾਰਡਨ 'ਚ ਆਇਆ ਮੈਂ ਥੋੜ੍ਹੀ ਜਿਹੀ ਸਪਾਈਸ ਵੀ ਗਾਰਡਨ ਕਰਾਂ ਕਾ ਵੀ ਕੱਟਿਆ ਸੀ ਥੋੜ੍ਹਾ ਜਿਹਾ ਮੈਂ ਤੁਸੀਂ ਦੱਸੀ ਹੋਣਾ ਜੀ ਗਾਰਡਨ ਜਿਹੜੇ ਫਲਾਵਰ ਇਹ ਤਾਂ ਕੋਈ ਮਾਸ਼ਾਅੱਲਾ ਕਿਤੇ ਨਾਈਸ ਫਲਾਵਰ ਇਸ ਤਰ੍ਹਾਂ ਮੈਂ ਤੁਸੀਂ ਦੱਸਾਂ ਕਿ ਇਹ ਜਿਹੜਾ ਪਲਾਂਟ ਹੈ ਨਾ ਇਹ ਅਸਾਂ ਕੋਈ ਬੰਦਾ ਕੱਟਣਾ ਸੀ ਗਾਰਡਨ 'ਚ ਲੱਗਿਆ ਤਾਂ ਉਹ ਸੱਟਣਾ ਸੀ ਲੱਗਿਆ ਬਾਹਰ ਦਾ ਸਭ ਤੋਂ ਕੋਲੋਂ ਨਗਤਿਆਂ ਦਾ ਅਸਾਂ ਇੱਕ ਨਹੀਂ ਕਹਿੰਦੀਆਂ ਇਸ ਨਿੱਟੇ ਨਹੀਂ ਆ ਉਹ ਲਾਈ ਉੜੀਆਂ ਲੇਕਿਨ ਤਾਂ ਕੋਈ ਮਾਸ਼ਾਅੱਲਾ ਕਿਤਨਾ ਨਾਈਸ ਆਇਆ ਹੋ ਗਿਆ ਕਿ ਜੇ ਇਸ ਪਲਾਂਟ ਨੇ ਜਿਹੜਾ ਤੁਸੀਂ ਅਗਰ ਕੱਟੀ ਟਾਲੀਆਂ ਲਾਓ ਨਾ ਤਾਂ ਵੀ ਹੋਈ ਜਾਣਾ ਤਾਂ ਡਿਫਰੈਂਟ ਕਲਰ ਨੇ ਦੋ ਤਰ੍ਹਾਂ ਨੇ ਜਿਹੜਾ ਨਾ ਟਿੰਨ ਟਿੰਨ ਆਉਂਦੀਆਂ ਸਨ ਤਾਂ ਉਹ ਮਿਕਸ ਹੁਣ ਕਲਰ ਜਿਹੜਾ ਨਾ ਲਿਕਣ ਨਹੀਂ ਪਿਆ ਪਿੰਕ ਵੀ ਤਾਂ ਪਰਪਲ ਜਾ ਤਾਂ ਇਹ ਗੁਲਾਬਾਂ ਨੇ ਦੇਖੋ ਜੀ ਮਾਸ਼ਾਅੱਲਾ ਇਹ ਵੀ ਚੰਗੇ ਨਾਈਸ ਨਿਕਲੇ ਹੋਏ ਤਾਂ ਇੱਕ ਹੋਰ ਇਹ ਪਲਾਂਟ ਆਇਆ ਪਤਾ ਨਹੀਂ ਕਿਸ ਨਾਲ ਇਸ ਨੇ ਫਲਾਵਰ ਮਾਸ਼ਾਅੱਲਾ ਬੜੇ ਸੋਹਣੇ ਫਲਾਵਰ ਨੇ ਲੇਕਿਨ ਆ ਕੇ ਇਹ ਜਿਹੜਾ ਨਾ ਬਿਲਕੁਲ ਕਲੋਜ਼ ਹਨ ਤਾਂ ਇਸ ਨੇ ਵਜ੍ਹਾ ਥੋੜ੍ਹਾ ਜਿਹਾ ਸ਼ਾਇਦ ਜਿਸ ਵਕਤ ਲਾਏ ਨਾ ਉਸ ਵਕਤ ਥੋੜ੍ਹਾ ਜ਼ਿਆਦਾ ਗੈਪ ਰੱਖਣਾ ਚਾਹੀਦਾ ਸੀ ਤਾਂ ਇਹ ਵੀ ਥੋੜ੍ਹਾ ਜਿਹਾ ਇੱਕ ਪਲਾਂਟ ਹੈ ਇਸ ਨੇ ਇਹ ਕਾਫੀ ਬੜਾ ਹੋਣਾ ਤਾਂ ਇਸ ਨੇ ਫਲਾਵਰ ਸ਼ਾਵਰ ਕੋਣੇ ਹੋਣੇ ਤਾਂ ਬਾਕੀ ਇਹ ਗਾਰਡਨ ਕਾਸ਼ਾ ਕੱਟਿਆ ਇਹ ਇੱਥੇ ਟਰਮਪਲੀਨ ਰੱਖੀ ਹੋਈ ਸੀ ਤਾਂ ਟਰਮਪਲੀਨ ਦੀ ਵਜ੍ਹਾ ਤੋਂ ਜਿਹੜਾ ਨਾ ਇਹ ਸਾਰਾ ਤਾਂ ਕੋਈ ਖਤੂ ਖਰਾਬ ਹੋ ਗਿਆ ਹੁਣ ਮੈਂ ਇਸ ਨੇ ਥੱਲਾ ਬੀਂਚ ਹੀ ਬਾਇਆ ਥਿਆ ਹੁਣ ਥੋੜ੍ਹਾ ਥੋੜ੍ਹਾ ਮੋਲਣਾ ਸ਼ੁਰੂ ਹੋਇਆ ਤਾਂ ਟਰਮਪਲੀਨ ਚਾਹੀ ਉੜੀ ਆ ਕਿ ਜੇ ਕਿ ਕਾਫੀ ਜ਼ਿਆਦਾ ਟਰਮਪਲੀਨ ਦੀ ਵਜ੍ਹਾ ਤੋਂ ਕਾ ਖਰਾਬ ਹੋਣਾ ਸੀ ਇੱਕ ਹੋਰ ਇਸ ਇੱਧਰ ਨਵਾਂ ਪਲਾਂਟ ਆਉਂਦਾ ਇੱਧਰ ਅੰਜੀਰਾ ਨਾ ਤੇ ਇਹ ਵੀ ਮਾਸ਼ਾਅੱਲਾ ਜਿਹੜਾ ਨਾ ਇਹ ਲਾਇਆ ਤਾਂ ਮਾਸ਼ਾਅੱਲਾ ਮੋਲੀ ਆ ਤੇ ਚਲੋ ਤੱਕਣੇ ਆ ਇਸਨੇ ਇਸਕੀ ਅੰਜੀਰ ਲਗਸਣ ਜਾਂ ਨਾ ਲਗਸਣ ਇਹ ਕੋਈ ਪਤਾ ਨਹੀਂ ਹੈ ਤੇ ਇਸ ਸਾਈਡ ਪਰ ਵੀ ਇਹ ਪਾਕਿਸਤਾਨ ਟਾਈਪ ਨਹੀਂ ਜਿਹੜਾ ਨਾ ਬੂਟੀ ਆ ਸਾਨੂੰ ਮੈਨੂੰ ਯਾਦ ਹੈ ਕਿ ਅਸਾਂ ਪਾਕਿਸਤਾਨ ਲਾਏ ਵੀ ਹੋਣੇ ਸੀ ਜਿਹੜਾ ਨਾ ਇਹ ਬਲ ਟਾਈਪ ਦੀਆਂ ਚੰਨੀ ਆ ਤਾਂ ਬੜੇ ਸੋਹਣੇ ਇਸਨੇ ਫਲਾਵਰ ਹੋਣੇ ਪਾਕਿਸਤਾਨ ਜਿਹੜੇ ਬੰਦੇ ਲਾਣੇ ਤੇ ਇੱਥੇ ਘੱਟ ਹੀ ਤੱਕੀ ਨਹੀਂ ਆ ਪਰ ਇਹ ਵੀ ਛਾਪਾ ਪਰ ਬੇਚਣੇ ਸੁਣ ਤੱਕਣੀ ਆਉਂਦੀ ਆ ਮਾਸ਼ਾਅੱਲਾ ਜੀ ਇਹ ਸਾਈਡ ਪਰ ਵੀ ਥੋੜ੍ਹੇ ਥੋੜ੍ਹੇ ਅਸਾਂ ਲਾਏ ਵੇ ਤਾਂ ਆਏ ਤਾਂ ਤੁਸੀਂ ਲਾਸਟ ਟਾਈਮ ਵੀਡੀਓ 'ਚ ਮੈਂ ਦੱਸਿਆ ਸੀ ਕਿ ਇਸਨੇ ਕਸ਼ਬੋ ਹੋਣੇ ਨੇ ਹਰਵੇਲੀ ਨੇ ਫੁੱਲਣ ਤਾਂ ਮਾਸ਼ਾਅੱਲਾ ਸ਼ਾਮੀ ਤਾਂ ਬਾਹਰ ਬੋ ਨਾ ਤਾਂ ਬੜੇ ਨਾਈਸ ਜਿਹੜਾ ਨਾ ਇਸਨੇ ਕਸ਼ਬੋ ਹੋਣੀ ਹੈ ਇਹ ਵੀ ਥੋੜ੍ਹੇ ਜਿਹੇ ਲਾਏ ਵੇ ਤਾਂ ਇਹ ਉਸ ਟਾਈਪ ਨਹੀਂ ਹੈ ਜਿਹੜਾ ਤੁਸੀਂ ਪਹਿਲੇ ਦੱਸਿਆ ਲੇਕਿਨ ਇਹ ਕਿ ਇਸਨੇ ਥੋੜ੍ਹੇ ਸਮਾਲ ਜਿਹੜਾ ਨਾ ਫੁੱਲਾਉਣੇ ਹਨ ਤਾਂ ਇਹ ਕੋਈ ਗੁਲਾਬ ਵੀ ਮਾਸ਼ਾਅੱਲਾ ਹੋਏ ਵੇ ਤਾਂ ਵੈਸੇ ਇਸ ਲਈ ਇਸ ਮੌਸਮ ਵਿੱਚ ਤੁਸੀਂ ਪਤਾ ਨਾ ਕਿ ਜਿਹੜਾ ਨਾ ਫਲਾਵਰ ਵਗੈਰਾ ਕਾਫੀ ਜ਼ਿਆਦਾ ਹੋਣੇ ਤਾਂ ਟਮਾਟਰ ਇੱਕ ਮੈਂ ਖੋਇਆ ਜੀ ਇਹ ਕੱਚੇ ਟਮਾਟਰ ਤੁਸੀਂ ਦਿਸ ਰਹੇ ਹੋ ਸਰ ਵੇ ਤੁਸੀਂ ਦੱਸਣਾ ਇਹ ਕਿਵੇਂ ਖੋਇਆ ਇਸ ਨਾਲ ਰੀਜ਼ਨ ਕਿਆ ਇਹ ਤੇ ਕਹੋ ਇਹ ਤੇ ਕਹੋ ਇਹ ਤੇ ਕਹਿੰਦੇ ਇਹ ਟਮਾਟਰ ਤਾਂ ਕਹਿੰਦੇ ਇਹ ਥੱਲਾ ਸੁਣੇ ਬਹੁਤ ਜ਼ਿਆਦਾ ਜਿਹੜਾ ਨਾ ਇਹ ਜ਼ਮੀਨੇ ਪਰ ਪਏ ਹੋਏ ਹਨ ਜਿਸਦੀ ਵਜ੍ਹਾ ਤੋਂ ਜਿਹੜਾ ਨਾ ਇਹ ਇਸਕੀ ਸਲੱਗ ਖਾਈ ਜਾਣਾ ਇਹ ਕਹੋ ਜ਼ਿਆਦਾਤਰ ਖਾਈ ਕੀਤੀ ਇਹ ਮੈਂ ਖੋਈ ਕਿਤੇ ਮੈਂ ਇਸ ਤੋਂ ਪਹਿਲੇ ਕਿ ਇਸਕੀ ਵੀ ਖਾਈ ਜਾਣਾ ਤੇ ਕੋ ਮੋਰ ਕਰੀ ਗਏ ਤੇ ਇਸ ਤੋਂ ਇਲਾਵਾ ਇਹ ਗਾਰਡਨ ਨੇ ਇਸ ਸਾਈਡ ਪਰ ਇਹ ਮੈਂ ਤਾਂ ਕੋਈ ਧਨੀਆ ਲਾਇਆ ਇਹ ਟਰੇ ਜੇ ਵਿੱਚ ਇੱਕ ਧਨੀਆ ਲਾਇਆ ਜੀ ਧਨੀਆ ਮਿਸ਼ਕਾ ਮੈਂ ਥੋੜ੍ਹਾ ਜ਼ਿਆਦਾ ਪਾਈ ਉੜਿਆ ਜਿਸਦੀ ਵਜ੍ਹਾ ਤੋਂ ਜਿਹੜਾ ਨਾ ਇਸ ਨੇ ਇਹ ਬਹੁ ਕਾਫੀ ਜ਼ਿਆਦਾ ਕਣਾ ਉਹਨੇ ਨਹੀਂ ਪਤਾ ਹੋ ਸੀ ਜਾਂ ਨਾ ਹੋ ਸੀ ਇਹ ਤੇ ਕਹੋ ਬਹੁਤ ਜ਼ਿਆਦਾ ਜਿਹੜਾ ਨਾ ਇਹ ਕਣਾ ਤੇ ਇੱਧਰ ਲਾਇਆ ਸੀ ਤੇ ਇਸਕੀ ਵੀ ਜਿਹੜਾ ਨਾ ਸਲੱਗ ਇੱਥੇ ਵਿੱਚ ਪਤਾ ਨਹੀਂ ਕਿਸਾ ਬੜੀਸ਼ ਨੇ ਤਾਂ ਹੁਣ ਮੈਂ ਉੱਪਰ ਚਿਹਰਾ ਪਰੇ ਰੱਖੀ ਉੜੇ ਫਲੋਰਾ ਪਰ ਪਹਿਲੇ ਰੱਖੇ ਸਨ ਤੇ ਜਿਹੜਾ ਨਾ ਬੜੀਸ਼ ਨੇ ਸਨ ਇਸਨੇ ਸਲੱਗ ਤੇ ਖਾਈ ਜਾਣਾ ਸਨ ਤੇ ਇੱਕ ਟਮਾਟਰਾਂ ਨੇ ਇੱਧਰ ਵੀ ਇਹ ਲਾਇਆ ਮਾਸ਼ਾਅੱਲਾ ਇਹ ਠੀਕ ਹੈ ਕਿ ਹਾਂਜੀ ਉੱਪਰ ਹੈ ਉੱਚਾ ਤੇ ਇੱਥੇ ਜਿਹੜਾ ਨਾ ਫਿਲਹਾਲ ਸਲੱਗ ਤਾਂ ਨਹੀਂ ਪੁੱਜਿਆ ਟਮਾਟਰ ਇਸਕੇ ਵੀ ਲੱਗੇ ਹੋਏ ਤਾਂ ਬਾਕੀ ਸਟ੍ਰੋਬਰੀ ਸ਼ੋਬਰੀ ਨੇ ਥੋੜ੍ਹੇ ਬਹੁਤੇ ਬੂਟੇ ਲਾਏ ਉੱਧਰ ਹੈ ਫਲਾਵਰ ਨੇ ਲਾਏ ਮਾਸ਼ਾਅੱਲਾ ਇਹ ਤੁਸੀਂ ਦੱਸਣਾ ਤੇ ਚੰਗੇ ਹਿਸਲਾ ਜਿਹੜਾ ਨਾ ਤਕਰੀਬਨ ਹਿਸਲਾ ਤਕਰੀਬਨ ਜਿਹੜਾ ਨਾ ਸਾਰੇ ਜਿਹੜਾ ਪਲਾਂਟ ਸਭਾਂ ਕੇ ਜਿਹੜਾ ਨਾ ਲੱਗੇ ਹੋਏ ਜੇ ਫਲਾਵਰ ਤਾਂ ਇਹ ਕੋਈ ਵੀ ਸੱਤ ਵਰਗੇ ਨੇ ਪਾਕਿਸਤਾਨ ਤਾਂ ਨਿੱਕੇ ਨਿੱਕੇ ਸੱਤ ਵਰਗੇ ਨੇ ਹੁਣ ਸੁਣ ਤਾਂ ਇੱਥੇ ਮਾਸ਼ਾਅੱਲਾ ਕਾਫੀ ਬੜੇ ਨੇ ਤੇ ਸਟ੍ਰੋਬਰੀ ਸ਼ੋਬਰੀ ਇੱਧਰ ਵੀ ਲਾਈ ਵੀ ਹੈ ਤਾਂ ਮਾਸ਼ਾਅੱਲਾ ਠੀਕ ਹੈ ਕਿਉਂਕਿ ਇਸ ਮੌਸਮ ਵਿੱਚ ਤੁਸੀਂ ਬਾਹਰ ਜਿਸ ਵਕਤ ਬਹਿਣੇ ਹੋ ਇੰਜੋਏ ਕਰਨੇ ਹੋ ਤੇ ਇਸ ਤਰ੍ਹਾਂ ਅਗਰ ਗਾਰਡਨ ਵੈ ਪਲਾਂਟਸ ਲੱਗੇ ਹੋਏ ਬੰਦੇ ਜ਼ਿਆਦਾ ਇੰਜੋਏ ਕਰਨੇ ਹਾਂਜੀ
ਮੈਂ ਹਾਂ ਜੀ ਹੁਣ ਤੁਸੀਂ ਪੂਰਾ ਗਾਰਡਨ ਨਾਲ ਫੁੱਲ ਵਿਊ ਦੱਸੀ ਹੋਣਾ ਜੀ। ਹੁਣ ਗਾਰਡਨ ਐਂਡ ਪਰ ਸਾਈਡ ਪਰ ਤਹਿਤ ਕੋਈ ਸਾਈਡ ਪਰ ਮੈਂ ਚਲੋ ਫਲਾਵਰ ਪੂਰੇ ਤੁਸੀਂ ਦੱਸੀ ਹੋਣਾ ਕਿ ਇਹ ਸ਼ਾਮੀ ਜਿਸ ਵਕਤ ਮੈਂ ਕੇਟਰਿੰਗ ਵਗੈਰਾ ਚੋਇਸ ਨਾਲ ਆਇਆ ਜਾਬਾ ਪਰੋਚ ਹੋਣਾ ਤਾਂ ਫਿਰ ਮੌਸਮ ਨਾਈਸ ਹੋਇਆ ਤਾਂ ਮੈਂ ਇੱਥੇ ਬਾਹਰ ਥੋੜ੍ਹਾ ਬਹਿਣਾ ਹੋਣਾ ਆਇਆ ਤੇ ਕੋ ਰੱਖੀ ਵੀ ਹੈ ਜੀ ਇਹ ਚੇਅਰ ਜੀ ਇਸਨੇ ਪਰ ਮਾਸ਼ਾ ਅੱਲਾ ਜੀ ਇਹ ਥੋੜ੍ਹਾ ਜਿਹਾ ਟਾਈਮ ਲੱਭਣਾ ਹੈ ਬਾਹਰ ਬਹਿਣ ਗਾਰਡਨ 'ਚ ਇੰਜੋਏ ਕਰਨਾ ਨਾ ਯੂਕੇ ਵਿੱਚ ਪਾਕਿਸਤਾਨ ਤਾਂ ਬਹੁਤ ਜ਼ਿਆਦਾ ਗਰਮੀ ਹੋਣੀ ਲੇਕਿਨ ਇੱਥੇ ਜਿਹੜਾ ਨਾ ਹੈ ਗਰਮੀ ਇਤਨੀ ਜ਼ਿਆਦਾ ਅਸੀਂ ਮਿਲਣੀ ਕੋਣੀ ਥੋੜ੍ਹਾ ਹੀ ਟਾਈਮ ਹੈ ਇਸ ਤੋਂ ਬਾਅਦ ਫਿਰ ਬਾਕੀ ਉਹ ਸਰਦੀਆਂ ਦਾ ਬਰਫਾਂ ਦਾ ਸਭ ਕੁਝ ਇਹ ਮੈਂ ਲਾਇਆ ਸੀ 3-4 ਸਾਲ ਪਹਿਲਾਂ ਇਹ ਮਾਸ਼ਾ ਅੱਲਾ ਨਾਈਸ ਹੈ ਅਤੇ ਇਹ ਆਉਂਦੀ ਹੈ ਥੋੜ੍ਹੀ ਜਿਹੀ ਬਹੁਤ ਜ਼ਿਆਦਾ ਅਗਰ ਧੁੱਪ ਛੁੱਪ ਹੋਇਆ ਤਾਂ ਚਲੋ ਥੋੜ੍ਹਾ ਬੰਦਾ ਥੱਲਾ ਬਹਿ ਜਾ ਅੱਜ ਕੱਲ੍ਹ ਧੁੱਪ ਕਾਫੀ ਜ਼ਿਆਦਾ ਹੋਣੀ ਹੈ ਕੱਲ੍ਹ ਤਾਂ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਧੁੱਪ ਸੀ ਐਦਾ ਹਾਜੀ ਤੱਕੋ ਇਹ ਨਾਲ ਸਾਰੀਆਂ ਖੜਾਲਾਂ ਸ਼ਾਲਾਂ ਨਿੱਕੀ ਨਹੀਂ ਪਈਆਂ ਵਾ ਉਹ ਕਹਿੰਦੀ ਅੱਜ ਕੱਲ੍ਹ ਗਾਰਡਨ 'ਚ ਉਹ ਵੀ ਕਾਫੀ ਜ਼ਿਆਦਾ ਬਾਹਰ ਲਿਕਣੀ ਹੈ ਇੰਜੋਏ ਕਰਨੀ ਆ ਉਹ ਵੀ ਬੱਚੇ ਵੀ ਕਾਫੀ ਜ਼ਿਆਦਾ ਇੰਜੋਏ ਕਰਨਾ ਇਸ ਮੌਸਮ 'ਚ ਉਮੀਦ ਹੈ ਜੀ ਕਿ ਤੁਸੀਂ ਨਿੱਕੀ ਜਿਹੀ ਵੀਡੀਓ ਪਸੰਦ ਆਈ ਸੀ ਫਿਰ ਮਿਲਦੇ ਹਾਂ ਜੀ ਕੁਛ ਹੋਰ ਵੀਡੀਓ ਦਿਓ ਜ਼ਿਆਦਾ ਅੱਲਾ।